ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਉਪਰਾਲਾ ਦੇਖ ਰਹੇ ਹੋ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਪੱਟੀ ਸਾਹਿਬ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਪੜ੍ਹਨਾ ਸਿੱਖਿਆ। ਜੀ ਬਿਲਕੁਲ ਜੀ, ਬਾਬਾ ਗੁਰੂ ਨਾਨਕ ਸਾਹਿਬ ਨੇ ਫਾਰਸੀ, ਅਰਬੀ, ਦੇਵਨਾਗਰੀ ਤਿੰਨਾਂ ਜ਼ੁਬਾਨਾਂ ਦੀ ਤਾਲੀਮ ਹਾਸਲ ਕੀਤੀ ਸੀ। ਔਰ ਅਗਰ ਤੁਸੀਂ ਅੱਜ ਵੀ ਵਰਡਿੰਗ ਤੁਸੀਂ ਦੇਖੋ ਤਾਂ ਉਹਨਾਂ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਪਰਸ਼ੀਅਨ ਵਰਡ ਬਹੁਤ ਜ਼ਿਆਦਾ ਐਸੇ ਨੇ ਕਿ ਜਿਹੜੇ ਘੱਟ ਲੋਕਾਂ ਨੂੰ ਸਮਝ ਆਉਂਦੇ ਨੇ, ਲੇਕਿਨ ਪੰਜਾਬੀ ਵਰਡ ਦੇ ਵਿੱਚ ਵੀ ਉਹਨਾਂ ਦਾ ਮਤਲਬ ਸਮਝਿਆ ਜਾਂਦਾ। ਸੋ ਇੱਥੇ ਉਹਨਾਂ ਦੇ ਉਸਤਾਦ ਨੇ ਉਹਨਾਂ ਨੂੰ ਜਿਹੜਾ ਪਹਿਲਾ ਚੈਪਟਰ ਸੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਅਗਲਾ ਚੈਪਟਰ ਪੜ੍ਹਦੇ ਸਨ, ਬਾਬਾ ਗੁਰੂ ਨਾਨਕ ਸਾਹਿਬ ਅਗਲਾ ਸਬਕ ਪੜ੍ਹਦੇ ਸਨ। ਠੀਕ ਹੈ ਜੀ, ਅਤੇ ਜਿੱਥੋਂ ਉਹਨਾਂ ਨੇ ਉਹਨਾਂ ਦੇ ਵਾਲਦ ਸਾਹਿਬ ਨੂੰ ਬੁਲਾ ਕੇ ਕਿਹਾ ਕਿ ਮੈਨੂੰ ਪੜ੍ਹਾਉਣਾ, ਇਹਨਾਂ ਨੂੰ ਪੜ੍ਹਾਉਣਾ ਜਿਹੜਾ ਮੇਰੇ ਵੱਸ ਦੀ ਗੱਲ ਨਹੀਂ ਹੈ, ਇਹ ਬਹੁਤ ਅੱਗੇ ਜਾ ਚੁੱਕੇ ਨੇ ਪਹਿਲੇ ਹੀ। ਇਸ ਵਾਸਤੇ ਫਿਰ ਜਿਹੜਾ ਸੀ ਇੱਥੋਂ ਉਹਨਾਂ ਦੀ ਤਾਲੀਮ ਦੇ ਮੁਤਲਕ ਜਿਹੜਾ ਕਿਹਾ ਜਾਂਦਾ, ਬਾਬਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਬਤਦਾਈ ਤਾਲੀਮ ਹੈ, ਚਾਈਲਡਹੂਡ ਦੀ ਜਿਹੜੀ ਐਜੂਕੇਸ਼ਨ ਹੈ, ਉਹ ਇਸ ਜਗ੍ਹਾ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਇਹਨੂੰ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਪੱਟੀ ਸਾਹਿਬ ਕਿਹਾ ਜਾਂਦਾ ਹੈ। ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਜਿਹਨੂੰ ਕਿ ਬਾਲ ਲੀਲਾ ਕਿਹਾ ਜਾਂਦਾ, ਜਿੱਥੇ ਕਿ ਆਪ ਜੀ ਬੱਚਿਆਂ ਦੇ ਨਾਲ ਖੇਡਦੇ ਰਹਿੰਦੇ ਸੀ। ਲੇਕਿਨ ਆਪ ਜੀ ਬੱਚਿਆਂ ਬਾਕੀ ਬੱਚਿਆਂ ਤੋਂ ਬਹੁਤ ਹੀ ਮੁਖਤਲਿਫ ਸਨ, ਠੰਡੇ ਮਿਜ਼ਾਜ ਦੇ, ਖਾਮੋਸ਼ ਰਹਿਣਾ, ਚੁੱਪ ਰਹਿਣਾ ਔਰ ਜ਼ਿਆਦਾ ਗੱਲਾਂ ਨਾ ਕਰਨੀਆਂ। ਆਪ ਜੀ ਦੀ ਪਹਿਚਾਣ ਜਿਹੜੀ ਸੀ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਤੁਸੀਂ ਮਸ਼ਹੂਰ ਹੋਏ ਸੀ, ਅਤੇ ਤਾਂ ਹੀ ਪਤਾ ਲੱਗਾ ਕਿ ਬਾਬਾ ਗੁਰੂ ਨਾਨਕ ਸਾਹਿਬ ਆਮ ਬੱਚਿਆਂ ਤੋਂ ਥੋੜ੍ਹੇ ਜਿੰਨੇ ਅਲੱਗ ਨੇ। ਜਿਹਦੀ ਪਹਿਚਾਣ ਸਭ ਤੋਂ ਪਹਿਲੇ ਰਾਏ ਪਲਾਰ ਭੱਟੀ ਜੀ ਨੇ ਔਰ ਇਹਨਾਂ ਦੇ ਜਿਹੜੇ ਉਸਤਾਦ ਸਨ ਇੱਥੇ ਜਿਨ੍ਹਾਂ ਕੋਲੋਂ ਪੜ੍ਹਨ ਵਾਸਤੇ ਆਏ ਸੀ, ਉਹਨਾਂ ਨੇ ਸਭ ਤੋਂ ਪਹਿਲੇ ਉਹਨਾਂ ਦੇ ਮਾਸਟਰ ਸਾਹਿਬ ਨੇ ਇਸ ਚੀਜ਼ ਦੀ ਪ੍ਰੈਡਿਕਸ਼ਨ ਕੀਤੀ ਸੀ ਕਿ ਇਹ ਬਹੁਤ ਵੱਡਾ ਨਾਮ ਕਮਾਉਣਗੇ ਵੱਡੇ ਹੋ ਕੇ, ਅਤੇ ਉਹ ਚੀਜ਼ ਜਿਹੜੀ ਸੀ ਭਵਿੱਖਬਾਣੀ ਜਿਹਨੂੰ ਕਹਿ ਲਓ ਤੁਸੀਂ, ਫਿਊਚਰ ਦੀ ਜਿਹੜੀ ਕਹਿੰਦੇ ਨੇ ਕਿ ਕਿਸੇ ਚੀਜ਼ ਨੂੰ ਤੁਸੀਂ ਪਹਿਲੇ ਹੀ ਵਕਤ ਤੋਂ ਪਹਿਲੇ ਹੀ ਦੱਸ ਦੇਣਾ, ਅਤੇ ਉਹ ਚੀਜ਼ ਜਿਹੜੀ ਸੀ ਉਹ ਇਸ ਜਗ੍ਹਾ ਦੇ ਉੱਤੇ ਹੋਈ ਸੀ। ਬਾਬਾ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਪ੍ਰੈਡਿਕਸ਼ਨ ਦਿੱਤੀ ਗਈ ਸੀ ਕਿ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਪੈਦਾ ਕਰਨਗੇ, ਉਹ ਇਹ ਜਗ੍ਹਾ ਸੀ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਪੱਟੀ ਸਾਹਿਬ। ਠੀਕ ਹੈ ਜੀ, ਅਤੇ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ, ਤੁਸੀਂ ਦੇਖੋ ਇਤਿਹਾਸਿਕ ਬਿਲਡਿੰਗ ਹੈ ਔਰ ਸਿੰਘ ਸਭਾ ਲਹਿਰ ਦੀ ਜਿਹੜੀ ਕਹਿ ਲਵੋ ਤੁਸੀਂ ਉਸ ਟਾਈਮ ਦੀ ਬਿਲਡਿੰਗ ਹੈ। ਠੀਕ ਹੈ ਜੀ, ਔਰ ਬਹੁਤ ਹੀ ਵਧੀਆ ਸਥਾਨ ਹੈ, ਬੜਾ ਵੈਲ ਮੇਨਟੇਨ ਸਥਾਨ ਹੈ ਔਰ ਇਹਦੇ ਨਾਲ ਜਿਹੜੀਆਂ ਸਰਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ, ਅੱਜ ਵੀ ਪ੍ਰੀ ਪਾਰਟੀਸ਼ਨ ਵਾਲੀਆਂ ਸਰਾਵਾਂ ਵੀ ਮੌਜੂਦ ਨੇ, ਉਹ ਕਮਰੇ ਵੀ ਮੌਜੂਦ ਨੇ, ਉਹ ਦਰਸ਼ਨੀ ਡਿਉੜੀਆਂ ਵੀ ਮੌਜੂਦ ਨੇ, ਉਹ ਤਮਾਮ ਚੀਜ਼ਾਂ ਜਿਹੜੀਆਂ ਨੇ ਉਹ ਹਲੇ ਤੱਕ ਉਸੇ ਹਾਲਤ ਦੇ ਵਿੱਚ ਨੇ ਜਿਸ ਤਰ੍ਹਾਂ ਕਿ ਪ੍ਰੀ ਪਾਰਟੀਸ਼ਨ ਆਰਕੀਟੈਕਚਰ ਹੁੰਦਾ ਸੀ। ਮੈਂ ਤੁਹਾਡਾ ਆਪਣਾ ਹੋਸ ਬਾਬਾ ਜੀ ਸ਼ਾਹਿਦ ਸ਼ਬੀਰ, ਤੁਸੀਂ ਦੇਖ ਰਹੇ ਰੇਡੀਓ ਸਾਡੇ ਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਲਾਈਵ ਦੇਖ ਰਹੇ ਹੋ। ਪਲੀਜ਼ ਸਾਡੀ ਸ਼ੇਅਰਿੰਗ ਦੀ ਆਪਸ਼ਨ ਬੰਦ ਹੋਈ ਹੋਈ ਹੈ, ਜਿਸ ਵੇਲੇ ਖੁੱਲੇਗੀ ਤੁਸੀਂ ਨਾਲ ਦੀ ਨਾਲ ਇਹਨੂੰ ਸ਼ੇਅਰ ਕਰ ਦੇਣਾ। 550th ਆਗਮਨ ਪੁਰਬ ਆਫ ਬਾਬਾ ਗੁਰੂ ਨਾਨਕ ਸਾਹਿਬ ਦੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਨਨਕਾਣਾ ਸਾਹਿਬ ਔਰ ਨਨਕਾਣਾ ਸਾਹਿਬ ਵਿਖੇ ਤੁਹਾਨੂੰ ਅਸੀਂ ਜਿਹੜੇ ਡਿਫਰੈਂਟ ਗੁਰਦੁਆਰੇ ਨੇ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣਾ ਬਚਪਨ ਜਿਹੜਾ ਸੀ ਬਿਤਾਇਆ ਸੀ, ਜਿਸ ਜਗ੍ਹਾ 'ਤੇ ਆਪਣਾ ਬਚਪਨ ਗੁਜ਼ਾਰਿਆ ਸੀ, ਅਸੀਂ ਤੁਹਾਨੂੰ ਉਸ ਜਗ੍ਹਾ 'ਤੇ ਲੈ ਕੇ ਆਏ ਹੋਏ ਹਾਂ। ਉਹਨਾਂ ਦੇ ਬਚਪਨ ਨਾਲ ਜੁੜੀਆਂ ਹੋਈਆਂ ਯਾਦਾਂ, ਉਹਨਾਂ ਦੇ ਬਚਪਨ ਨਾਲ ਜੁੜੀਆਂ ਹੋਈਆਂ ਬਾਤਾਂ, ਉਹ ਗੱਲਾਂ, ਪ੍ਰੈਡਿਕਸ਼ਨਸ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਆਪ ਜੀ ਨੂੰ ਅਸੀਂ ਰੋਸ਼ਨਾਸ ਕਰਵਾ ਰਹੇ ਹਾਂ। ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੇ ਪਾਤਸ਼ਾਹੀ ਪੱਟੀ ਸਾਹਿਬ। ਨਨਕਾਣਾ ਸਾਹਿਬ ਦਾ ਇਤਿਹਾਸ, ਨਨਕਾਣਾ ਸਾਹਿਬ ਦੀ ਤੁਸੀਂ ਕਹਿ ਲਵੋ ਕਿ ਪਹਿਚਾਣ ਇਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਨੇ, ਇਹਨਾਂ ਇਤਿਹਾਸਿਕ ਬਿਲਡਿੰਗਾਂ ਦੀ ਵਜ੍ਹਾ ਨਾਲ ਨੇ। ਇਸ ਵਾਸਤੇ ਤੁਸੀਂ ਇਹਨੂੰ ਸਾਡੀ ਜਿਹੜੀ ਹੈ ਸ਼ੇਅਰ ਕਰਨ ਦੀ ਆਪਸ਼ਨ ਜਿਹੜੀ ਹੈ ਉਹਨੂੰ ਤੁਸੀਂ ਵੱਧੋ ਵੱਧ ਕਰੋ।
ਠੀਕ ਹੈ ਜੀ। ਇਹ ਐਜੂਕੇਸ਼ਨ ਵਾਲੀ ਜਗ੍ਹਾ ਹੈ ਜਿੱਥੇ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦਾ ਪਹਿਲਾ ਸਬਕ ਪੜ੍ਹਿਆ ਸੀ, ਅਤੇ ਐਸੇ ਜਗ੍ਹਾ ਦੇ ਉੱਤੇ ਉਹ ਗੱਲ ਕੀਤੀ ਗਈ ਸੀ, ਠੀਕ ਹੈ ਜੀ। ਔਰ ਗੁਰਦੁਆਰਾ ਸਾਹਿਬ ਜਿਹੜਾ ਹੈ ਫਿਰ ਇਸ ਜਗ੍ਹਾ ਦੇ ਉੱਤੇ ਬਣਾਇਆ ਗਿਆ, ਔਰ ਬਹੁਤ ਪਿਆਰਾ ਵਿਊ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ। ਮੁਕੰਮਲ ਤੌਰ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਪ੍ਰਿਜ਼ਰਵ ਕੀਤਾ ਗਿਆ। ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਯੂ ਆਰ ਵਾਚਿੰਗ ਰੇਡੀਓ ਸਾਡਿਆਲਾ 87.8 FM ਰੇਡੀਓ ਨਿਊਜ਼ੀਲੈਂਡ ਆਕਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡਿਆਲਾ। ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਦੈਨ ਸ਼ੇਅਰ ਯੂ ਔਨ ਯੂਅਰ ਪੇਜ। ਇਫ ਯੂ ਵਾਨਾ ਸ਼ੇਅਰ ਦੈਨ ਯੂ ਸ਼ੁੱਡ ਬੀ ਯੂਜ਼ ਅਵਰ ਰੀਅਲ ਲਿੰਕ ਆਫ ਦਾ ਪੇਜ। ਆਓ ਜੀ ਅਸੀਂ ਚੱਲਦੇ ਹਾਂ ਉੱਧਰ, ਜ਼ਰਾ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਵੀ ਦਰਸ਼ਨ ਕਰਨੇ ਹਾਂ, ਕਿਉਂਕਿ ਕਾਰ ਸੇਵਾ ਹਰ ਪਾਸੇ ਜਾਰੀ ਹੈ, ਕਿਉਂਕਿ ਨਵੰਬਰ ਤੱਕ ਹੈ ਸਾਰੀ ਕਾਰ ਸੇਵਾ ਜਿਹੜੀ ਹੈ। ਇਹ ਸਿਲਾਈ ਕੇਂਦਰ ਹੈ ਜੀ, ਇੱਥੇ ਬੱਚਿਆਂ ਨੂੰ ਸਿਲਾਈ ਸਿਖਾਈ ਜਾਂਦੀ ਹੈ ਜੀ ਇਸ ਜਗ੍ਹਾ ਦੇ ਵਿੱਚ, ਠੀਕ ਹੈ ਜੀ। ਇੱਥੇ ਸਿਲਾਈ ਸਕੂਲ ਹੈ ਬੱਚਿਆਂ ਵਾਸਤੇ। ਸਾਡੇ ਸਾਰੀ ਰਿਸਰਚ ਟੀਮ ਪਹੁੰਚੀ ਹੋਈ ਹੈ, ਔਰ ਰਿਸਰਚ ਟੀਮ ਸਾਰੀ ਜਿਹੜੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਵਾਸਤੇ ਜਿਹੜਾ ਹੈ ਦੀਵਾਨ ਹਾਲ ਦੇ ਵਿੱਚ ਬੈਠੀ ਹੋਈ ਹੈ। ਇਹ ਸਭ ਉਹ ਲੋਕ ਜਿਹੜੇ ਕਿ ਪੈਸ਼ਨੇਟ ਨੇ ਹਿਸਟਰੀ ਦੇ ਬਾਰੇ 'ਚ, ਰਿਸਰਚ ਦੇ ਬਾਰੇ ਦੇ 'ਚ, ਇਹ ਉਹ ਸਾਰੇ ਦੀਵਾਨੇ ਸਾਡੇ ਬੈਠੇ ਹੋਏ ਨੇ। ਦਰਵਾਜ਼ਾ ਇੱਧਰੋਂ ਵੀ ਖੁੱਲ੍ਹਾ। ਅੱਛਾ ਜੀ, ਆਓ ਜੀ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਵਾ ਦਈਏ ਤੁਹਾਨੂੰ। ਨਹੀਂ ਕੋਈ ਨਹੀਂ, ਬਸ ਅਸੀਂ ਪਾਲਕੀ ਸਾਹਿਬ ਦਿਖਾਉਣੀ ਹੈ। ਲਓ ਜੀ ਇਹ ਕਰੋ, ਤੁਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਜੀ। ਬੇਟਾ ਬੈਠੇ ਬੈਠੇ ਰਹੇ, ਦਰਸ਼ਨ ਕਰੋ ਜੀ ਗੁਰੂ ਮਹਾਰਾਜ ਦੇ। ਇਹ ਪਾਲਕੀ ਸਾਹਿਬ ਹੈ ਗੁਰੂ ਮਹਾਰਾਜ ਦੀ, ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਪੱਟੀ ਸਾਹਿਬ ਨਨਕਾਣਾ ਸਾਹਿਬ ਦੇ ਅੰਦਰ, ਜਿੱਥੇ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣਾ ਬਚਪਨ ਬਿਤਾਇਆ, ਔਰ ਉਹਨਾਂ ਦੇ ਬਚਪਨ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਯਾਦਾਂ ਜਿਹੜੀਆਂ ਨੇ ਇਹਨਾਂ ਗੁਰੂ ਘਰਾਂ ਦੇ ਨਾਲ ਜੁੜੀਆਂ ਹੋਈਆਂ ਨੇ। ਆਪ ਜੀ ਨੂੰ ਅਸੀਂ 550 ਦੇ ਉੱਤੇ ਤੋਹਫ਼ਾ ਦੇ ਰਹੇ ਹਾਂ ਰੇਡੀਓ ਸਾਡਿਆਲਾ ਦੀ ਤਰਫੋਂ। ਇਸ ਤੋਹਫ਼ੇ ਨੂੰ ਤੁਸੀਂ ਅੱਗੇ, ਤੁਹਾਡਾ ਫਰਜ਼ ਹੈ ਕਿ ਇਸ ਮੈਸੇਜ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਹੁਣ ਸਾਡੇ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਵੀਰ ਜੀ ਦੇ ਵੀ ਕਿ ਸਾਨੂੰ ਜਗ੍ਹਾ ਜਗ੍ਹਾ 'ਤੇ ਦਰਸ਼ਨ ਕਰਵਾਉਣ ਵਾਸਤੇ ਵੀਰ ਤਾਹਿਰ ਜੀ ਵੀ ਔਰ ਵੀਰ ਤਬੀਰ ਵੀਰ ਜੀ ਵੀ ਜਿਹੜੇ ਨੇ ਸਾਨੂੰ ਨਾਲ ਨਾਲ ਲੈ ਕੇ ਫਿਰ ਰਹੇ ਨੇ, ਔਰ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ, ਬਹੁਤ ਜ਼ਿਆਦਾ ਅਸੀਂ ਸ਼ੁਕਰਗੁਜ਼ਾਰ ਹਾਂ। ਉਹ ਪਿੱਛੇ ਗੁਰਦੁਆਰਾ ਸਾਹਿਬ ਦਾ ਟਾਵਰ ਜਿਹੜਾ ਨਜ਼ਰ ਆ ਰਿਹਾ, ਗੁੰਬਦ ਨਜ਼ਰ ਆ ਰਿਹਾ, ਇਹ ਗੁਰਦੁਆਰਾ ਬਾਲ ਲੀਲਾ ਹੈ ਜੀ, ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਲ ਲੀਲਾ ਸਾਹਿਬ, ਸਾਡੀ ਅੱਜ ਦੇ ਦਿਨ ਦੀ ਆਖਰੀ ਡੈਸਟੀਨੇਸ਼ਨ, ਜਿਹੜਾ ਕਿ ਆਖਰੀ ਗੁਰੂ ਘਰ ਹੈ, ਜਿਹਨੂੰ ਕਿ ਬਾਲ ਲੀਲਾ ਤੋਂ ਹੀ ਤੁਸੀਂ ਸਮਝੋ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣਾ ਬਚਪਨ ਜਿੱਥੇ ਬਿਤਾਇਆ ਇਹ ਉਹ ਜਗ੍ਹਾ ਹੈ, ਠੀਕ ਹੈ ਜੀ। ਉੱਥੇ ਨਾ ਕਿਹੜੀਆਂ ਯਾਦਾਂ ਨੇ ਆਪ ਜੀ ਨਾਲ, ਉਹ ਵੀ ਸਾਂਝੀਆਂ ਕਰਦੇ ਹਾਂ। ਰੱਬ ਰੱਖਾ ਜੀ। ਆਲ ਰਾਈਟਸ ਆਰ ਰਿਜ਼ਰਵ ਆਫ ਦਿਸ ਵੀਡੀਓ ਬਾਈ ਰੇਡੀਓ ਸਾਡਿਆਲਾ। ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਟੂ ਸ਼ੇਅਰ ਦਿਸ ਵੀਡੀਓ। ਇਫ ਯੂ ਵਾਂਟ ਟੂ ਸ਼ੇਅਰ ਦੈਨ ਯੂ ਸ਼ੁੱਡ ਬੀ ਯੂਜ਼ ਅਵਰ ਰੀਅਲ ਲਿੰਕ ਆਫ ਦਾ ਪੇਜ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡਿਆਲਾ, ਅਤੇ ਅਸੀਂ ਚੱਲਦੇ ਹਾਂ ਹੁਣ ਤੁਹਾਨੂੰ ਆਖਰੀ ਗੁਰੂ ਘਰ ਜਿਹੜਾ ਉਹ ਵਿਖਾਵਾਂਗੇ। ਉਮੀਦ ਕਰਦਾ ਹਾਂ ਅੱਜ ਦਾ ਸਫ਼ਰ ਜਿਹੜਾ ਤੁਹਾਡੇ ਲਈ ਬਹੁਤ ਹੀ ਯੂਜ਼ਫੁੱਲ ਰਿਹਾ ਹੋਏਗਾ। ਤੁਹਾਨੂੰ ਘਰ ਬੈਠੇ ਹੋਏ ਰੇਡੀਓ ਸਾਡਿਆਲਾ ਦੀ ਤਰਫੋਂ ਅਸੀਂ ਤੁਹਾਨੂੰ ਸਾਰੇ ਗੁਰੂ ਘਰਾਂ ਦੀ, ਜਿਹੜੇ ਕਿ ਨਨਕਾਣਾ ਸਾਹਿਬ ਵਿਖੇ ਜਿੰਨੇ ਵੀ ਗੁਰੂ ਘਰ ਨੇ, ਉਹਨਾਂ ਦੇ ਤੁਹਾਨੂੰ ਦਰਸ਼ਨ ਦੀਦਾਰੇ ਕਰਾਏ।
ਅਤੇ ਤੁਸੀਂ ਰਲ ਕੇ ਸਾਡੀ ਟੀਮ ਜਿਹੜੀ ਹੈ ਉਹਨਾਂ ਨੂੰ ਸਪੋਰਟ ਕਰੋ ਰੇਡੀਓ ਸਾਡੇ ਵਾਲਾ ਦੀ ਨੂੰ, ਠੀਕ ਹੈ ਜੀ? ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਜੁਆਇਨ ਕਰੋ ਪੇਜ ਨੂੰ ਸਾਡੇ, ਸ਼ੇਅਰ ਕਰੋ, ਔਰ ਨਾਲ ਦੀ ਨਾਲ ਹੀ ਅਸੀਂ ਥੈਂਕਫੁਲ ਹਾਂ ਗਵਰਨਮੈਂਟ ਆਫ ਪਾਕਿਸਤਾਨ ਯਾਨੀ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਨਾਲ ਦੀ ਨਾਲ ਹੀ ਅਸੀਂ ਵੀਕੇ ਟਰੱਸਟ ਬੋਰਡ ਜਿਹੜਾ, ਔਰ ਸਾਡੇ ਚੇਅਰਮੈਨ ਸਾਹਿਬ ਡਾਕਟਰ ਆਮਿਰ ਸਾਹਿਬ, ਸੈਕਟਰੀ ਸਾਹਿਬ ਸਾਡੇ ਆਪਣਾ ਤਾਰਿਕ ਵਜ਼ੀਰ ਸਾਹਿਬ, ਔਰ ਡਿਪਟੀ ਸੈਕਟਰੀ ਇਮਰਾਨ ਗੋਂਦਲ ਸਾਹਿਬ, ਔਰ ਇੱਥੇ ਦੇ ਸਾਡੇ ਕੇਅਰ ਟੇਕਰ ਤੁਸੀਂ ਕਹਿ ਲਵੋ ਅਦੀਕ ਗਿਲਾਨੀ ਸਾਹਿਬ, ਸਾਰੇ ਵੀਰਾਂ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਅੱਜ ਦਾ ਦਿਨ ਜਿਹੜਾ ਸੰਗਤ ਵਾਸਤੇ ਬਹੁਤ ਯੂਜ਼ਫੁੱਲ ਬਣਾਇਆ ਔਰ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਾ ਮੌਕਾ ਦਿੱਤਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ। ਕੀਪ ਟਿਊਨ, ਕੀਪ ਵਾਚ ਐਂਡ ਕੀਪ ਸ਼ੇਅਰ।